ਸੋ ਪਿਆਰਿਓ ਅਜਮੇਰ ਚੰਦ ਅਜਮੇਰ ਸਿੰਘ ਨਾਮ ਧਰਿਆ ਗੁਰੂ ਸਾਹਿਬ ਨੇ ਉਸ ਮੁਸਲਮਾਨ ਫਕੀਰ ਦਾ ਜਿਹੜਾ ਗੁਰੂ ਸਾਹਿਬ ਜੀ ਦੇ ਪਾਸ ਲੱਖੀ ਜੰਗਲ ਦੇ ਵਿੱਚ ਆਇਆ। ਅਜਮੇਰ ਸਿੰਘ ਮਹਾਰਾਜ ਕਹਿੰਦੇ ਭਾਈ ਅੱਜ ਤੋਂ ਬਾਅਦ ਤੇਰਾ ਨਾਮ ਆ, ਕਿਉਂਕਿ ਮਹਾਰਾਜ ਨੂੰ ਕਹਿੰਦਾ ਸੀ ਸਤਿਗੁਰੂ ਆਪਣੀ ਸਿੱਖੀ ਦਿਓ। ਮਹਾਰਾਜ ਕਹਿੰਦੇ ਸਨ ਭਲਿਆ ਸਿੱਖੀ ਕਮਾਉਣੀ ਔਖੀ ਹੈ, ਖਾਸ ਕਰਕੇ ਹੁਣ ਦੇ ਸਮੇਂ 'ਤੇ ਤਾਂ ਸਾਡੇ ਮਗਰ ਤੁਰਕ ਪਹਾੜੀ ਰਾਜੇ ਸਭ ਪਏ ਹੋਏ ਆ, ਅਤੇ ਵੇਖਦਾ ਏ ਤੇਰੇ ਸਾਹਮਣੇ ਕਿੰਨੇ ਗੁਰੂ ਕੇ ਪਿਆਰੇ ਪ੍ਰੇਮੀ ਜਿਹੜੇ ਨੇ ਜਾਨਾਂ ਨਿਸ਼ਾਵਰ ਕਰਦੇ ਪਏ। ਇਹਨੂੰ ਪੁੱਛਿਆ ਗਿਆ ਸੀ ਭਾਈ ਤੇਰਾ ਇੱਥੇ ਆਉਣ ਦਾ ਕਾਰਨ ਕੀ ਹੈ, ਉਹਨੇ ਦੱਸਿਆ ਸੀ ਕਹਿੰਦੇ ਜਿੱਥੇ ਛਮਾ ਜਲਦੀ ਹੋਵੇ ਪਤੰਗੇ ਆਪ ਮਹਾਰੇ ਉੱਥੇ ਆ ਜਾਂਦੇ, ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਛਮਾ ਨੇ ਜਲਦੀ ਹੋਈ ਅਤੇ ਜਿਹੜੇ ਪ੍ਰੇਮੀ ਨੇ ਉਹ ਪਿਆਰਿਓ ਪਤੰਗੇ ਹੈ ਉਸ ਛਮਾ ਦੇ ਨਾਲ ਪਿਆਰ ਕਰਨ ਵਾਲੇ। ਇਹ ਛਮਾ ਤਾਂ ਉਹ ਹੈ ਜਿਹੜੇ ਪਿਆਰਿਓ ਉਹਨੂੰ ਉਹਦਾ ਸਰੀਰ ਖਤਮ ਕਰਕੇ ਉਹਨੂੰ ਆਪਣੇ ਵਿੱਚ ਮਿਲਾ ਲੈਂਦੀ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਮਹਾਰਾਜ ਅੰਦਰੋਂ ਜਿਹੜੇ ਦਵੈਕ ਭਾਵਨਾ ਉਹਨੂੰ ਖਤਮ ਕਰਕੇ ਫਿਰ ਆਪਣੇ ਵਿੱਚ ਮਿਲਾਉਂਦਾ। ਇਹ ਗੁਣ ਆ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ। ਆਉਂਦਾ ਸੀ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮਹਾਰਾਜ ਕਹਿੰਦੇ ਕੇਸ ਰੱਖਣੇ ਪੈਣੇ ਆ, ਅੰਮ੍ਰਿਤ ਛਕਣਾ ਪੈਣਾ, ਪਾਤਸ਼ਾਹ ਜੀ ਸੱਤ ਬਚਨ ਅਤੇ ਸੱਚ ਜਾਣੋ ਜੇਕਰ ਆਪਾਂ ਗੁਰੂ ਦੇ ਸਿੱਖ ਬਣਨਾ ਆ। ਅਤੇ ਮਹਾਰਾਜ ਕਹਿੰਦੇ ਸਤਿਗੁਰ ਕਾ ਸੇਵਕ ਆਗਿਆਕਾਰੀ, ਉਹ ਆਗਿਆਕਾਰੀ ਰਹਿੰਦਾ ਜੋ ਗੁਰੂ ਹੁਕਮ ਕਰਦਾ ਉਸ ਹੁਕਮ ਦੇ ਵਿੱਚ ਚੱਲਦਾ। ਪਿਆਰਿਓ ਮਹਾਰਾਜ ਨੇ ਇਹਨੂੰ ਸਮਝਾਇਆ ਭਾਈ ਤੂੰ ਤੁਰਕ ਹੈ ਮੁਸਲਮਾਨ ਆ ਅਤੇ ਤੇਰੇ ਜਿਹੜੇ ਤੁਹਾਡੇ ਬਾਕੀ ਦੇ ਵੱਡੇ ਵਡੇਰੇ ਆ ਤੁਹਾਨੂੰ ਗੁੱਸੇ ਹੋਣਗੇ। ਕਹਿੰਦਾ ਮਹਾਰਾਜ ਲੋਕ ਲਾਜ ਛੱਡ ਦਿੱਤੀ। ਮਹਾਰਾਜ ਕਹਿੰਦੇ ਹਿੰਦੂ ਤੁਹਾਡਾ ਵਿਰੋਧ ਕਰਨਗੇ। ਮਹਾਰਾਜ ਕਹਿ ਪਾਤਸ਼ਾਹ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਇਸੇ ਕਰਕੇ ਤਾਂ ਤੁਹਾਡੀ ਚਰਨਾਂ ਵਿੱਚ ਆ ਗਏ, ਵਿਰੋਧ ਤਾਂ ਮੁੱਕ ਜਾਵੇ, ਦਵੈਖ ਭਾਵਨਾ ਮਿੱਟ ਜਾਵੇ, ਡਰ ਭੈ ਤਰਾਸ ਖਤਮ ਹੋ ਜਾਵੇ। ਮਹਾਰਾਜ ਨੇ ਫਿਰ ਭਾਈ ਮਾਨ ਸਿੰਘ ਨੂੰ ਆ ਕੇ ਇਹਨੂੰ ਅੰਮ੍ਰਿਤ ਪਾਨ ਕਰਵਾਇਆ। ਅਤੇ ਪਿਆਰਿਓ ਭਾਈ ਵੀਰ ਸਿੰਘ ਅੱਗੇ ਲਿਖਦੇ ਆ ਕਿ ਗੁਰੂ ਸਾਹਿਬ ਨਾ ਇੱਥੇ ਇਸ ਧਰਤੀ 'ਤੇ ਲੱਖੀ ਜੰਗਲ ਦੇ ਵਿੱਚ ਬੜਿਆਂ ਨੂੰ ਤਾਰ ਕੇ ਜਦ ਹੁਣ ਗਾਂਹ ਚੱਲੇ ਆ ਅਤੇ ਇਹ ਅਜਮੇਰ ਸਿੰਘ ਜਿਹੜਾ ਮੁਸਲਮਾਨ ਤੋਂ ਅਜਮੇਰ ਸਿੰਘ ਬਣਿਆ ਨਾ ਫਕੀਰ ਜਿਹੜਾ, ਪਿਆਰੋ ਇਹਦੀ ਬੜੀ ਜੈ ਜੈਕਾਰ ਹੁੰਦੀ ਸੀ। ਪਿਛਲੇ ਕੁਝ ਦਿਨਾਂ ਵਿੱਚ ਆਪਾਂ ਵਿਚਾਰਿਆ ਵੀ ਸੀ ਇਹਦੇ ਮੁਰੀਦ ਚੇਲੇ ਬੜੇ ਸਨ, ਮਾਇਆ ਦੀ ਕੋਈ ਕਮੀ ਨਹੀਂ, ਹਰ ਚੀਜ਼ ਇਹਦੇ ਕੋਲ ਹੈਗੀ ਸੀ। ਪਰ ਅੱਜ ਇਹ ਇੱਕ ਨਿਮਾਣਾ ਇੱਕ ਗਰੀਬ ਮਸਕੀਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਗਿਆ ਬਣ ਕੇ, ਇੱਦਾਂ ਦਾ ਬਣ ਕੇ ਗਰੀਬ ਬਣ ਕੇ ਨਿਮਾਣਾ ਬਣ ਕੇ ਗੁਰੂ ਦੇ ਕੋਲ ਆ ਗਿਆ ਕਿ ਮਹਾਰਾਜ ਮੈਨੂੰ ਨਹੀਂ ਪਰਵਾਹ ਕਿ ਮੇਰੇ ਬੜੇ ਚੇਲੇ ਨੇ, ਮਹਾਰਾਜ ਮੈਨੂੰ ਨਹੀਂ ਪਰਵਾਹ ਕਿ ਮੈਂ ਬੜਾ ਅਮੀਰ ਹਾਂ, ਪਰ ਸੱਚੇ ਪਾਤਸ਼ਾਹ ਮੈਨੂੰ ਇਹ ਪਤਾ ਮੈਂ ਤੇਰੇ ਦਰ 'ਤੇ ਗਰੀਬ ਬਣ ਕੇ ਆਇਆ ਅਤੇ ਮੇਰੀ ਝੋਲੀ ਵਿੱਚ ਆਪਣਾ ਪ੍ਰੇਮ ਆਪਣੀ ਸਿੱਖੀ ਪਾ ਦੇ। ਅਤੇ ਗੁਰੂ ਨੇ ਤਰਸ ਕਰਕੇ ਇਹਨੂੰ ਬਖਸ਼ਿਸ਼ ਕੀਤੀ। ਪਿਆਰਿਓ ਜਦੋਂ ਇਹ ਗੁਰਸਿੱਖੀ ਧਾਰਨ ਕਰ ਗਿਆ ਨਾ ਅਤੇ ਚਾਰੇ ਸਪੇਰੇ ਜਿੱਥੇ ਜਿੱਥੇ ਵੀ ਖਬਰ ਪਹੁੰਚਦੀ ਜਾਂਦੀ ਆ ਅਤੇ ਸਾਰੇ ਹੱਕੇ ਬੱਕੇ ਰਹੀ ਜਾਂਦੇ ਨੇ ਸੁਣ ਕੇ ਕਿ ਐਡਾ ਵੱਡਾ ਮੁਸਲਮਾਨ ਫਕੀਰ ਅਤੇ ਗੁਰੂ ਕਾ ਸਿੰਘ ਸੱਜ ਗਿਆ। ਕਿਉਂਕਿ ਅਸਲ ਦੇ ਵਿੱਚ ਉਹਨੇ ਮਨਸ਼ਾ ਸਮਝ ਲਿਆ ਸੀ ਪਿਆਰਿਓ ਕਿ ਜਿਹੜਾ ਸਿੱਖੀ ਦਾ ਮਨਸਾ ਆ ਉਹ ਅਨੇਕਤਾਂ ਤੋਂ ਇੱਕ ਬਣਾਉਣਾ, ਉਹਨੇ ਸਾਰੇ ਸੰਸਾਰ ਨੂੰ ਏਕਤਾ ਦੇ ਵਿੱਚ, ਕਿਉਂਕਿ ਮਾਨਸ ਕੀ ਯਾਦ ਸਭ ਹੈ ਇੱਕ ਹੈ ਪਹਿਚਾਨਵੋ, ਉਹਨੇ ਇਸ ਮਨਸ਼ੇ ਨੂੰ ਸਮਝ ਲਿਆ ਸੀ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਰਮ ਪੰਥ ਹੈ ਇਹ ਸਾਰਿਆਂ ਦਾ ਭਲਾ ਲੋਚਦਾ, ਸਾਰਿਆਂ ਨੂੰ ਇੱਕ ਬਰਾਬਰੀ ਦੇਵੇਗਾ, ਰਾਣਾ ਰੰਕ ਬਰਾਬਰੀ। ਅਤੇ ਪਿਆਰਿਓ ਜਿੱਥੇ ਮੁਸਲਮਾਨ ਹੱਕੇ ਬੱਕੇ ਰਹਿ ਗਏ ਉੱਥੇ ਹਿੰਦੂ ਜਿਹੜੇ ਉਹ ਹੱਕੇ ਬੱਕੇ ਰਹਿ ਗਏ, ਜਿਹੜਾ ਵੀ ਸੁਣਦਾ ਉਹ ਹੈਰਾਨ ਹੋਈ ਜਾਂਦਾ ਕਿ ਇੰਨਾ ਵੱਡਾ ਬੰਦਾ ਗੁਰੂ ਕਾ ਸਿੰਘ ਸੱਜ ਗਿਆ। ਪਰ ਮਹਾਰਾਜ ਕਿਰਪਾ ਕਰਨ ਅਸਲ ਵਿੱਚ ਉਹ ਜਾਣਦੇ ਨਹੀਂ ਕਿ ਵੱਡਾ ਤਾਂ ਉਹ ਹੁਣ ਹੋਇਆ, ਕਿਉਂਕਿ ਜਦੋਂ ਗੁਰੂ ਕੀ ਸੰਗਤ ਮਿਲ ਗਈ, ਗੁਰੂ ਦੇ ਕੋਲੋਂ ਅੰਮ੍ਰਿਤ ਦੀ ਬੂੰਦ ਮਿਲ ਗਈ ਛਕਣ ਵਾਸਤੇ, ਪਿਆਰ ਅੰਮ੍ਰਿਤ ਮਿਲ ਗਿਆ ਅਤੇ ਵੱਡੇ ਤਾਂ ਉਦੋਂ ਹੋਈਦਾ, ਨਾ ਕਿ ਮਾਇਆ ਦੇ ਨਾਲ ਚੇਟੇ ਚੇਲਿਆਂ ਚਟੜਿਆਂ ਦੇ ਨਾਲ ਵੱਡੇ ਨਹੀਂ ਹੋਈਦਾ। ਹੁਣ ਜਦੋਂ ਗੁਰੂ ਮਹਾਰਾਜ ਇੱਥੋਂ ਚੱਲੇ ਸਨ ਇਹਦੇ ਮਨ ਵਿੱਚ ਬੜਾ ਹੀ ਵੈਰਾਗ ਆਇਆ। ਭਾਈ ਵੀਰ ਸਿੰਘ ਨੇ ਤਾਂ ਬੜੇ ਸੋਹਣੇ ਤਰੀਕੇ ਦੇ ਨਾਲ ਉਸ ਵੈਰਾਗ ਨੂੰ ਲਿਖਣ ਦਾ ਯਤਨ ਵੀ ਕੀਤਾ।
पर नाल उन्हां एक गल ये भी लिखी है कि इहदे मन विच जो वैराग आया ना अजमेर सिंह दे ਉਹ ਉਹੀ ਜਾਣ ਸਕਦੇ ਜਿਨ੍ਹਾਂ ਦੇ ਮਨ ਵਿੱਚ ਵੈਰਾਗ ਆਉਂਦਾ ਆ ਵਿਛੋੜੇ ਦਾ ਜਿਹੜੇ ਵਿਛੜੇ ਨੇ ਪਰੇ ਪਿਆਰੇ ਦੇ ਕੋਲੋਂ ਉਹੀ ਸਮਝ ਸਕਦੇ ਆ ਇਸ ਵੈਰਾਗ ਨੂੰ ਦੂਜਾ ਕੋਈ ਨਹੀਂ ਸਮਝ ਸਕਦਾ ਦੂਜੇ ਦੀ ਹਾਲਤ ਇੱਦਾਂ ਦੀ ਆ ਕਿ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਪਿਆਰਿਓ ਬੜਾ ਵੈਰਾਗ ਆਇਆ ਅਤੇ ਇਹਦੇ ਕੋਲ ਹੀ ਕਹਿੰਦੇ ਨੇ ਉਦੋਂ ਭਾਈ ਦਾਨਾ ਸਿੰਘ ਬੈਠਾ ਸੀ ਉਹਨੇ ਆਖਿਆ ਭਾਈ ਕਿਉਂ ਵੈਰਾਗ ਕਰਦਾ ਕਹਿੰਦਾ ਮੇਰੇ ਤੋਂ ਵਿਛੋੜਾ ਸਹਿਆ ਨਹੀਂ ਜਾਣਾ ਜਦੋਂ ਗੁਰੂ ਜੀ ਚਲੇ ਗਏ ਉਹਨੇ ਬੜਾ ਸਮਝਾਇਆ ਪਰ ਇਹਨੇ ਗੁਰਬਾਣੀ ਦੀਆਂ ਉਦਾਹਰਨਾਂ ਦਿੱਤੀਆਂ ਕਹਿੰਦਾ ਪਰ ਮੈਂ ਰਹਿ ਨਹੀਂ ਸਕਦਾ ਅਤੇ ਦਾਨਾ ਸਿੰਘ ਨੇ ਮੈਂ ਵਿਚਾਰ ਸੰਕੋਚਾਂ ਪਿਆਰ ਹੋ ਕੇ ਦਾਨੇ ਸਿੰਘ ਨੇ ਆਖਿਆ ਭਾਈ ਤੈਨੂੰ ਗੁਰੂ ਦਾ ਹੁਕਮ ਥੋੜ੍ਹੀ ਹੋਇਆ ਕਿ ਤੂੰ ਇੱਥੇ ਰਹਿ ਤੂੰ ਤਾਂ ਸਹਿਜ ਸੁਭਾਅ ਆ ਨਾ ਕਿ ਤੂੰ ਅਸੀਂ ਤਾਂ ਚਲੋ ਗੁਰੂ ਜੀ ਦੇ ਨਾਲ ਚਲੇ ਜਾਣਾ ਅੱਗੇ ਪਰ ਤੈਨੂੰ ਵੀ ਤਾਂ ਹੁਕਮ ਨਹੀਂ ਹੋਇਆ ਕਿ ਤੂੰ ਨਾਲ ਨਹੀਂ ਜਾ ਸਕਦਾ ਅਜੇ ਸੰਭਾਵਨਾ ਹੈ ਕਿ ਤੂੰ ਗੁਰੂ ਸਾਹਿਬ ਦੇ ਅੰਗ ਸੰਗ ਨਾਲ ਮਾਰੇ ਦੇ ਜਾ ਸਕਦਾ ਅਤੇ ਚਾਹੁੰਦਾ ਵੀ ਸੀ ਅੰਦਰੋਂ ਕਿ ਮੈਂ ਨਾਲ ਜਾਵਾਂ ਜਦੋਂ ਇਹਨੂੰ ਸਮਝਾਇਆ ਕਹਿੰਦਾ ਹਾਂ ਹੈ ਤਾਂ ਸਹੀ ਪਰ ਹੋ ਸਕਦਾ ਕਿਤੇ ਗੁਰੂ ਜੀ ਕਹਿ ਹੀ ਨਾ ਦੇਣ ਕਿ ਇੱਥੇ ਰਹੋ ਇਸ ਗੱਲ ਦਾ ਡਰ ਵੀ ਆ ਪਰ ਪਿਰਾਂ ਪ੍ਰੇਮ ਪਿਆਰ ਇੰਨਾ ਜ਼ਿਆਦਾ ਪਿਆਰ ਵਹਿ ਤੁਰਿਆ ਉਹਦੇ ਨਾਲ ਇੰਨੀਆਂ ਕੁ ਪ੍ਰੇਮ ਭਰੀਆਂ ਸਨੇਹ ਭਰੀਆਂ ਵੈਰਾਗ ਦੀਆਂ ਗੱਲਾਂ ਕੀਤੀਆਂ ਦੋਨੋਂ ਰੋਣ ਲੱਗ ਪਏ ਨੇ ਵੈਰਾਗ ਦੇ ਵਿੱਚ ਆਣ ਕੇ ਕਿ ਵਿਛੋੜੇ ਵਾਲੇ ਦਾ ਕੀ ਹਾਲ ਬਣਦਾ ਦੋਨੋਂ ਜਦੋਂ ਇੱਦਾਂ ਹੰਝੂ ਕੇਰਦੇ ਨੇ ਗੁਰਬਾਣੀ ਵੀ ਪੜ੍ਹਦੇ ਨਾਲ ਨਾਲ ਇੱਕ ਦੂਜੇ ਨੂੰ ਸ਼ਬਦ ਸੁਣਾਏ ਜਾਂਦੇ ਬੜੀ ਲੰਬੀ ਚਰਚਾ ਹੋਈ ਅਤੇ ਪਿਆਰੇ ਜਦੋਂ ਡੂੰਘਾ ਪ੍ਰੇਮ ਕਸਕ ਅੰਦਰੋਂ ਵੱਜਦੀ ਹੈ ਨਾ ਅਤੇ ਗੁਰੂ ਸਭ ਕੁਝ ਜਾਣਦਾ ਹੁੰਦਾ ਅਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਆ ਗਏ ਉੱਥੇ ਹੀ ਆਣ ਕੇ ਮਹਾਰਾਜ ਨੇ ਅਜਮੇਰ ਸਿੰਘ ਨੂੰ ਆਪਣੇ ਸੀਨੇ ਨਾਲ ਲਾ ਲਿਆ ਅਤੇ ਪਾਤਸ਼ਾਹ ਕਹਿਣ ਲੱਗੇ ਵੈਰਾਗ ਨਹੀਂ ਕਰਨਾ ਪਾਤਸ਼ਾਹ ਕਹਿੰਦੇ ਵੈਰਾਗ ਹੋਣਾ ਚਾਹੀਦਾ ਪਰ ਵੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ ਵੈਰਾਗ ਦੇ ਨਾਲ ਬੰਧਨ ਨਾ ਪੈ ਜਾਣਾ ਚੰਗਾ ਵੈਰਾਗ ਆ ਅਤੇ ਉਹ ਖਰੀ ਗੱਲ ਹੈ ਵਿਛੋੜੇ ਦਾ ਵੈਰਾਗ ਖਰੀ ਗੱਲ ਹੈ ਪਰ ਮਹਾਰਾਜ ਕਹਿੰਦੇ ਜੇਕਰ ਬੰਧਨਾਂ ਦੇ ਵਿੱਚ ਪੈਣਾ ਤਾਂ ਫਿਰ ਵੈਰਾਗ ਮਾੜਾ ਹੈ ਇਸ ਕਰਕੇ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਵੈਰਾਗ ਵਿੱਚ ਨਾ ਆਓ ਤੁਸੀਂ ਸਾਡੇ ਨਾਲ ਅੰਗ ਸੰਗ ਚੱਲੋਗੇ ਜਿੱਥੇ ਅਸੀਂ ਜਾਵਾਂਗੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਪਿਆਰਿਓ ਬੜਾ ਖੁਸ਼ ਹੋਇਆ ਕਿਉਂਕਿ ਅਜਮੇਰ ਸਿੰਘ ਨੇ ਆਖਿਆ ਸੀ ਦਾਨਾ ਸਿੰਘ ਨੂੰ ਕਿ ਪਿਆਰਿਆ ਵੇਖ ਮੇਰੇ ਇੱਥੇ ਦਿਲ 'ਤੇ ਹੱਥ ਧਰ ਕੇ ਵੇਖ ਅਤੇ ਤੈਨੂੰ ਆਪੇ ਪਤਾ ਲੱਗ ਜਾਏਗਾ ਕਿਉਂਕਿ ਦਾਨਾ ਸਿੰਘ ਕਹਿੰਦਾ ਸੀ ਭਾਣੇ ਵਿੱਚ ਰਹਿ ਜੇ ਇੱਥੇ ਰਹਿਣਾ ਵੀ ਪੈ ਗਿਆ ਕੋਈ ਗੱਲ ਨਹੀਂ ਇੱਥੇ ਤੇਰੇ ਮੁਰੀਦ ਇੰਨੇ ਆ ਇੱਥੇ ਡੇਰਾ ਤੇਰਾ ਚੱਲਦਾ ਪਰ ਉਹਨੇ ਆਖਿਆ ਮੇਰੇ ਦਿਲ 'ਤੇ ਹੱਥ ਧਰ ਕੇ ਵੇਖ ਮੈਂ ਰਹਿ ਸਕਦਾ ਹੀ ਨਹੀਂ ਸੋ ਮਹਾਰਾਜ ਕਿਰਪਾ ਕਰਨ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਇੱਥੋਂ ਮਹਾਰਾਜ ਬੜਿਆਂ ਨੂੰ ਤਾਰਦਿਆਂ ਹੋਇਆ ਅਗਾਂਹ ਚੱਲ ਪਏ ਇਸ ਅਜਮੇਰ ਸਿੰਘ ਨੂੰ ਨਾਲ ਲਿਆ ਮਹਾਰਾਜ ਨੇ ਲੱਖੀ ਜੰਗਲ ਤੋਂ ਅਤੇ ਪਿਆਰੋ ਇਹ ਲੱਖੀ ਜੰਗਲ ਨਹੀਂ ਰਿਹਾ ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਅਨੰਦਪੁਰ ਵਸਾਤਾ ਹੋਵੇ ਇੱਦਾਂ ਦਾ ਮਾਹੌਲ ਇੱਥੋਂ ਦਾ ਬਣ ਗਿਆ ਫਿਰ ਕਈ ਨਗਰਾਂ ਦੇ ਵਿੱਚੋਂ ਹੁੰਦਿਆਂ ਹੋਇਆ ਸਤਿਗੁਰੂ ਮਹਾਰਾਜ ਪੱਕੇ ਪਿੰਡਾਂ ਦੇ ਵਿੱਚ ਜਾਂਦੇ ਨੇ ਸਤਿਗੁਰਾਂ ਨੇ ਸਮਾਂ ਦਿੱਤਾ ਅਤੇ ਕੱਲ੍ਹ ਨੂੰ ਆਪਾਂ ਅਗਲੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਭੁੱਲਾ ਚੁੱਕਾ ਦੀ ਖਿਮਾ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।